ਹਾਂਜੀ ਕਿਸਾਨ ਵੀਰੋ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ, ਪਹੁੰਚ ਹੈਗੀ ਆ ਪਿੰਡ ਲੌਕਾ, ਤਹਿਸੀਲ ਪੱਟੀ, ਜ਼ਿਲ੍ਹਾ ਸ਼੍ਰੀ ਤਰਨ ਤਾਰਨ ਸਾਹਿਬ ਪਹੁੰਚਿਆ ਦੋਸਤੋ। ਵੀਰ ਰਾਜੇ ਦੇ ਕੋਲ ਆਏ ਹਾਂ ਦੋਸਤੋ, ਅਤੇ ਖਾਸ ਤੁਸੀਂ ਵਿਜਿਟ ਜਿਹੜੀ ਆ ਦੋਸਤੋ ਪਿੰਡ ਲੌਕੇ ਕਰਨੀ ਆ, ਅਤੇ ਬਾਕੀ ਫਾਦਰ ਅਜੀਤ ਸਿੰਘ ਦੋਸਤੋ ਆਰੇ ਵਾਲੇ ਵੱਜਦੇ ਆ ਵੀਰ, ਠੀਕ ਆ, ਅਤੇ ਕਾਫੀ ਪੁਰਾਣਾ ਜਿਹੜਾ ਦੋਸਤੋ ਆਰਾ ਹੈਗਾ, ਅਤੇ ਤੁਸੀਂ ਜਿਹੜੀ ਆ ਇਹ ਡਿਟੇਲ ਜਿਹੜੀ ਦੇ ਕੇ ਸ਼ਹਿਰ ਦੇ ਵਿੱਚ ਪੁੱਛਗਿੱਛ ਕਰਕੇ ਘਰ ਵਿਜਿਟ ਕਰ ਸਕਦੇ ਹੋ। ਬਾਕੀ ਜਿਹੜੀ ਦੋਸਤੋ ਆਪਾਂ ਨੰਬਰ ਜਿਹੜੇ ਆ ਹਰ ਵਾਰ ਦੀ ਤਰ੍ਹਾਂ ਓਨਰ ਦੇ ਮਾਲਕ ਦੇ ਬਿਲਕੁਲ ਸਕਰੀਨ ਦੇ ਥੱਲੇ ਚੱਲਦੇ ਕਰ ਦਈਦੇ ਆ, ਨੰਬਰਾਂ 'ਤੇ ਤੁਸੀਂ ਸੰਪਰਕ ਕਰਕੇ ਹੋਰ ਵਧੇਰੇ ਗੱਲਬਾਤ ਕਰ ਸਕਦੇ ਹੋ। ਅੱਜ ਦੋਸਤੋ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੋ ਐਨੀਮਲ ਦਿਖਾਵਾਂਗੇ, ਇੱਕ ਝੋਟੀ ਦਿਖਾਵਾਂਗੇ, ਬਹੁਤ ਸ਼ੌਕੀਨ ਅਤੇ ਵੱਡੇ ਕੱਦ ਬੁੱਤ ਵਾਲੀ ਝੋਟੀ ਆ, ਅਤੇ ਖਾਸ ਕਰਕੇ ਉਹਨਾਂ ਵੀਰਾਂ ਲਈ ਹੈ ਜਿਹੜੇ ਅੱਗੇ ਦੋਸਤੋ ਸ਼ੌਕੀਆ ਤੌਰ 'ਤੇ ਇਹੋ ਜਿਹੇ ਪਸ਼ੂ ਲੱਭਦੇ ਆ ਜਾਂ ਖਰੀਦਣ ਦੇ ਚਾਹਵਾਨ ਹੋਣ। ਝੋਟੀ ਤੁਹਾਨੂੰ ਦਿਖਾਵਾਂਗੇ, ਫੁੱਲ ਵੱਡੀ ਹਾਈਟ ਆ, ਵੀ ਇਕੱਲੀ ਉਹ ਕਹਿਣ ਵਾਲੀ ਗੱਲ ਨਹੀਂ ਹੈਗੀ, ਠੀਕ ਹੈ ਜੀ, ਫੁੱਲ ਵੱਡੀ ਹਾਈਟ ਆ, ਜਿੱਡੀਆਂ ਆਪਾਂ ਨੋਰਮਲੀ ਫੁੱਲ ਵੱਡੇ ਕੱਦ ਕਾਠ ਦੀਆਂ ਮੱਝਾਂ ਵੇਖਦੇ ਹਾਂ, ਇੱਕ ਮਾਲੀਆਂ ਦਾ ਭੁਲੇਖਾ ਪਾਉਂਦੀ ਹੋਈ ਤੁਹਾਨੂੰ ਦਿਸੂਗੀ, ਅਤੇ ਝੋਟੀ ਦਾ ਕੱਦ ਕਾਠ ਅਤੇ ਫੇਸ ਕੁਆਲਿਟੀ ਤੁਸੀਂ ਆਹ ਵੇਖ ਸਕਦੇ ਹੋ, ਠੀਕ ਆ। ਬਾਕੀ ਦੋਸਤੋ ਸੈਕਿੰਡ ਲੋਕੇਸ਼ਨ ਦੇ ਵਿੱਚ ਸੋਹਣੀ ਆ, ਅਤੇ ਮੂੰਹੋਂ ਛੇ ਦੰਦਾਂ ਛਿੱਗੀ ਆ, ਬੇਸ਼ੱਕ ਆਪਾਂ ਮੂੰਹੋਂ ਫੜ ਕੇ ਤੁਹਾਨੂੰ ਦੰਦੋਂ ਵੀ ਦਿਖਾ ਦਾਂਗੇ, ਅਤੇ ਬਾਕੀ ਸ਼ੌਕੀਨੀ ਪੂਰੀ ਜ਼ਿਆਦਾ ਹੈਗੀ ਆ, ਅਤੇ ਫੁੱਲ ਵੱਡੀ ਹਾਈਟ ਆ। ਨੋਰਮਲੀ ਜੇਕਰ ਆਪਾਂ ਗੱਲ ਕਰੀਏ ਤਾਂ 5 ਫੁੱਟ 10 ਇੰਚ ਦਾ ਜਿਹੜਾ ਬੰਦਾ ਕੋਲ ਖੜਾ ਹੋਵੇ ਦੋਸਤੋ, ਅਤੇ ਪਰਲੇ ਬੰਨੇ ਉਹ ਜਿਹੜਾ ਦੋਸਤੋ ਹਾਈਟ ਹੋ ਸਕਦਾ, ਠੀਕ ਆ, ਉਹ ਨਜ਼ਰ ਦਿਸਣ ਨੂੰ ਹਟ ਸਕਦਾ ਵੀ ਏਡੇ ਕੱਦ ਕਾਠ ਦੀ ਜਿਹੜੀ ਦੋਸਤੋ ਇਹ ਝੋਟੀ ਆ। ਇਹ ਦਿਖਾ ਦਾਂਗੇ ਪੂਰੀ ਡਿਟੇਲ ਜਿਹੜੀ ਆ ਉਹ ਵੀਰ ਰਾਜੇ ਦੇ ਨਾਲ ਆਪਾਂ ਗੱਲਬਾਤ ਕਰਕੇ ਉਹਨਾਂ ਤੋਂ ਫੁੱਲ ਇਨਫੋਰਮੇਸ਼ਨ ਲਵਾਂਗੇ, ਹਜੇ ਦੇਣ ਸਮਾਂ ਲਜਾਂਦੀ ਆ, ਠੀਕ ਆ, ਉਹ ਵੀ ਗੱਲਬਾਤ ਕਰਾਂਗੇ। ਇੱਕ ਉਸ ਤੋਂ ਬਾਅਦ ਸੈਕਿੰਡ ਨੰਬਰ 'ਤੇ ਇੱਕ ਤੁਹਾਨੂੰ ਜਿਹੜੀ ਆ ਦੋਸਤੋ ਵੈਡ ਦਿਖਾਵਾਂਗੇ, ਠੀਕ ਆ, ਵੈਡ ਵੀ ਤੁਸੀਂ ਵੇਖੋਗੇ ਤਾਂ ਬਹੁਤ ਸੋਹਣੀ ਹੈਗੀ ਆ, ਵਨ ਏਟਰ ਦੀ ਕੁਆਲਿਟੀ ਕਾਫੀ ਜ਼ਿਆਦਾ ਚੰਗੀ ਆ, ਅਤੇ ਇਹਦੀ ਡਿਟੇਲ ਫੁੱਲ ਆਪਾਂ ਓਨਰ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ। ਅਤੇ ਵੀਡੀਓ ਨੂੰ ਜਿਹੜਾ ਦੋਸਤੋ ਤੁਸੀਂ ਐਂਡ ਤੱਕ ਜ਼ਰੂਰ ਦੇਖ ਲਿਓ, ਅਤੇ ਵੀਡੀਓ ਦੇ ਨਾਲ ਅਖੀਰ ਤੱਕ ਬਣੇ ਰਹੋ, ਠੀਕ ਆ ਜੀ। ਅਤੇ ਫੁੱਲ ਜਿਹੜੀ ਗੱਲਬਾਤ ਆਪਾਂ ਸਾਂਝੀ ਕਰਦੇ ਹਾਂ ਵੀਰ ਦੇ ਨਾਲ, ਅਤੇ ਪੂਰੀ ਆਕਰਸ਼ਕ ਝੋਟੀ ਆ, ਠੀਕ ਆ, ਕੋਈ ਵੀਰ ਆਵੇ ਆਪਦੀ ਤੁਸੀਂ ਅੱਖੀ ਜ਼ਰੂਰ ਦੇਖ ਲਿਓ, ਜਿਹੜੇ ਵੀਰ ਨੇ ਪੈਸੇ ਖਰਚ ਕਰਨੇ ਆ, ਠੀਕ ਆ ਜੀ, ਅੱਖੀ ਦੇਖਿਓ ਅਤੇ ਬਿਲਕੁਲ ਤੁਸੀਂ ਸੈਟਿਸਫਾਈ ਹੋਵੋਗੇ ਚੀਜ਼ ਵੇਖ ਕੇ। ਮੋਸਟਲੀ ਆਪਾਂ ਗੱਲ ਕਰਦੇ ਹੁੰਦੇ ਦੋਸਤੋ ਤਾਂ ਇਹੋ ਜਿਹੀਆਂ ਮੱਝਾਂ, ਚਾਹੇ ਝੋਟੀਆਂ ਦੀ ਗੱਲ ਕਰ ਲਈਏ, ਵੀ ਬਹੁਤ ਘੱਟ ਇਹੋ ਜਿਹੇ ਕੱਦ ਕਾਠ ਵਾਲੀਆਂ ਝੋਟੀਆਂ ਜਿਹੜੀਆਂ ਦੋਸਤੋ ਲੱਭਦੀਆਂ ਨੇ ਅਤੇ ਮਿਲਦੀਆਂ ਨੇ। ਅਤੇ ਅੱਜ ਦੋਸਤੋ ਆਪਣੀ ਵੀਡੀਓ ਦਾ ਜਿਹੜਾ ਸਮਾਂ ਉਹ ਤੁਸੀਂ ਜ਼ਰੂਰ ਨੋਟ ਕਰ ਲਓ, ਤਕਰੀਬਨ 10:42 ਦਾ ਸਮਾਂ, ਅਤੇ ਅੱਜ ਦੋਸਤੋ 3 ਮਈ ਨੂੰ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ, ਆਓ ਕਰਦੇ ਹਾਂ ਗੱਲ ਵੀਰ ਰਾਜੇ ਦੇ ਨਾਲ। ਹਾਂਜੀ ਸਭ ਤੋਂ ਪਹਿਲਾਂ ਵੀ ਰਾਜੇ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ, ਤੁਹਾਡੇ ਸਾਰੇ ਵੀਡੀਓ ਵੇਖਣ ਵਾਲੇ ਭੈਣ ਭਰਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਹੋਰ ਠੀਕ ਠਾਕ ਵੀਰੇ? ਵਧੀਆ ਠੀਕ ਠਾਕ। ਰਾਜੇ ਭਾਈ ਕਿੱਥੋਂ ਬੜਾ ਯਾਰ ਅਨਮੁੱਲਾ ਕੀਮਤੀ ਹੀਰਾ ਕੱਢਿਆ ਹੈ? ਹੈ ਇਹ ਵੀਰ ਜੀ, ਇਸ ਤਰ੍ਹਾਂ ਹੀ ਗਾਵਾਂ ਨੂੰ ਲੱਭਣ ਗਏ ਹਾਂ। ਅੱਛਾ ਜੀ। ਤੇ ਕਿਸੇ ਦੇ ਘਰੇ ਵੇਖੀ ਸੀ, ਤੇ ਇਦਾਂ ਇਹਨੂੰ ਪੁੱਛਿਆ, ਪਹਿਲਾਂ ਤਾਂ ਵੇਚਦਾ ਨਹੀਂ ਸੀ ਉਹ, ਇੱਕ ਕੱਟਾ ਸੀ ਉਹਦੇ ਕੋਲ ਤੇ ਇੱਕ ਝੋਟੀ ਸੀ ਜੀ। ਹਾਂਜੀ, ਤੇ ਮੈਂ ਕਿਹਾ ਦੋਵਾਂ 'ਚ ਇੱਕ ਚੀਜ਼ਾਂ ਦੇ, ਕੱਟਾ ਵੀ ਇਹਦਾ ਸੀ।
ਵਾਹ ਜੀ ਵਾਹ, ਪਹਿਲੇ ਸਵੇਰ ਦਾ। ਅੱਛਾ ਹਾਂਜੀ, ਤੇ ਸਵੇਰ ਵਾਲਾ ਚਲੋ ਝੋਟੀ ਦੇ ਦਿੰਦੇ ਆ, ਝੋਟੀ ਉੱਥੇ ਲਿਆਉਂਦੀ ਸੌਦਾ ਕਰਨ। ਵੀ ਜਿੱਡੀ ਬਈ ਰਾਜੇ ਇੱਕ ਗੱਲ ਆ ਵੀ ਵੱਡੇ ਕੱਦ ਕਾਠ ਦੇ ਵਿੱਚ ਆ ਤੇ ਕੱਲ੍ਹ ਕੱਦ ਕਾਠ ਨਹੀਂ ਵੱਡਾ ਹੈਗਾ, ਵੀ ਖੂਬੀਆਂ ਵੀ ਬਹੁਤ ਜ਼ਿਆਦੀਆਂ ਨੇ, ਹਵਾਨਾ ਵੀ ਆਪਾਂ ਦਿਖਾਵਾਂਗੇ। ਤਾਂ ਤੁਸੀਂ ਦੱਸਿਆ ਸੀ ਵੀ ਮਿਲਕਿੰਗ ਵੀ ਸੋਹਣੀ ਕਰਵਾਈ ਇਹਨੇ ਤੇ ਬਾਕੀ ਸ਼ਕੀਨੀ ਪੂਰੀ ਆ, ਸ਼ਕੀਨੀ ਪਸ਼ੂ ਦੀ ਪਤਾ ਲੱਗਦਾ ਸਿੰਗਾਂ ਤੋਂ, ਫੇਸ ਕੁਆਲਿਟੀ ਤੋਂ, ਮੂੰਹ ਮੱਥੇ ਤੋਂ ਵੀ ਆਹ ਸ਼ਕੀਨੀ ਆ। ਠੀਕ ਆ ਵੀ ਇਹ ਬਿਲਕੁਲ ਦੱਸੋ, ਵੇਖੋ ਕੁੰਡਾ ਚੂਰ ਰਿੰਗ ਸਿੰਗ ਆ, ਵੀ ਛੋਟਾ ਜਿਹਾ ਸਿੰਗ ਆ, ਵੀ ਇਕੱਲਾ ਸਿੰਘ ਨਹੀਂ ਵੇਖਣਾ ਤੁਸੀਂ, ਬੋਡੀ ਬਣਤਰ ਵੀ ਦੇਖਣੀ ਆ, ਹਵਾਨਾ ਵੀ ਦੇਖਣਾ ਤੇ ਕੀ ਕਰਤੂਤ ਦੀ ਮਾਲਕ ਆ ਦੋਸਤੋ। ਠੀਕ ਆ, ਉਹ ਵੀ ਆਪਾਂ ਗੱਲ ਕਰਦੇ ਹਾਂ। ਤੇ ਰਾਜੇ ਬਾਈ ਇਹਦੀ ਪੂਰੀ ਡਿਟੇਲ ਕੀ ਆ, ਸੂਆ ਹੁਣ ਕਿੰਨਵਾਂ ਸੋਹਣਾ ਇਹਨੇ? ਇਹਨੇ ਦੂਸਰਾ ਸੂਆ ਸੋਹਣਾ ਵਾ ਜੀ। ਹਾਂਜੀ, ਤੇ ਮੂੰਹੋਂ ਛੇ ਦੰਦ ਆ। ਓਕੇ ਹਾਂਜੀ, ਤੇ ਭਾਈ ਬਾਕੀ ਜਿਹਦੇ ਕੋਲੋਂ ਝੋਟੀ ਲਈ ਆ ਆਪਾਂ, ਹਾਂਜੀ, ਉਹਨੇ ਇਹ ਗੱਲ ਕਹੀ ਆ ਵੀ ਜਿਹੜਾ ਇਹਦਾ ਬੱਚਾ ਵਾ, ਹਾਂਜੀ, ਉਹ ਮੈਂ ਜੰਮਦਾ ਹੀ 30,000 ਰੁਪਇਆ ਦੇ ਕੇ 40,000 ਦੇ ਕੇ ਮੈਨੂੰ ਦੇ ਦਿਓ, ਭਾਵੇਂ ਕੱਟੀ ਹੋਵੇ ਤੇ ਭਾਵੇਂ ਕੱਟਾ। ਮਤਲਬ ਹੁਣ ਬੱਚਾ ਜਿਹੜਾ ਵੀ ਆਊਗਾ, ਹਾਂਜੀ, ਮਤਲਬ ਕਿ ਜੰਮਦਾ ਚਾਹੇ ਮੇਲ ਹੋਵੇ ਚਾਹੇ ਫੀਮੇਲ, ਵੀ ਜੰਮਦਾ 30,000 ਦਾ ਮੈਨੂੰ ਦੇ ਦਿਓ ਵਾਪਸ। ਹਾਂਜੀ ਹਾਂਜੀ ਹਾਂਜੀ, ਲਓ ਜੀ 30-40 ਦਾ ਜਿੰਨਾ ਵੀ ਕਹੋਗੇ ਮੈਂ ਪੈਸੇ ਦੇ ਕੇ ਬੱਚਾ ਲਿਆਉਂਗਾ। ਤੇ ਪਹਿਲੇ ਸੂਏ ਬਾਈ ਰਾਜੇ ਇਹਦਾ ਕੋਈ ਡਿਟੇਲ ਘਰ ਵਾਲਿਆਂ ਨੇ ਦੱਸੀ ਵੀ ਕਿੰਨਾ ਕੁ ਦੁੱਧ? 20 ਲੀਟਰ ਦਾ ਕਿਹਾ ਵਾ ਵੀ ਦੁੱਧ ਕੱਢਿਆ ਵਾ, ਤੇ ਆਪਾਂ ਐਰਕੀ 20 ਲੀਟਰ ਦੀ ਗਰੰਟੀ ਦਿੰਦੇ ਹਾਂ, ਕੱਢੂਗੀ ਜ਼ਿਆਦਾ। ਅੱਛਾ, 22-23 ਦੁੱਧ ਕੱਢੂਗੀ। ਹਾਂਜੀ, ਦੱਸੋ ਨੂੰ ਮੈਂ 25 ਦੱਸੀ ਹੈ, 30 ਦੱਸੀ ਹੈਗੀ ਹੈ, ਉਹਦਾ ਕੋਈ ਫਾਇਦਾ ਨਹੀਂ ਆ ਜੀ, ਇਹਨਾਂ ਦੁੱਧ ਕੱਢੂਗੀ। ਲਓ ਵੀ ਦੋਸਤੋ ਕਰ ਲਓ ਗੱਲ ਪੂਰੀ ਵੱਡੀ ਕੱਦ ਕਾਠ ਦੇ ਵਿੱਚ ਆ। ਮੈਂ ਵਾਰ ਵਾਰ ਤਾਂ ਜ਼ਿਕਰ ਕਰਦਾ ਵੀ ਬਹੁਤੇ ਵੀਰਾਂ ਨੂੰ ਹੋ ਸਕਦਾ ਵੀ ਕੁਝ ਵੇਖਣ ਦੇ ਵਿੱਚ ਜਾਂ ਨਜ਼ਰ ਆਉਣ ਦੇ ਵਿੱਚ ਕੋਈ ਛੋਟਾ ਜਿਹਾ ਐਨੀਮਲ ਜਾਂ ਛੋਟੀ ਜਿਹੀ ਝੋਟੀ ਮਹਿਸੂਸ ਲੱਗੇ, ਬਾਕੀ ਫੁੱਲ ਵੱਡੀ ਹਾਈਟ ਆ। ਤੁਸੀਂ ਇੱਕ ਵਾਰੀ ਘਰੇ ਆਓ, ਆਪਦੀ ਅੱਖੀ ਜਿਹੜੀ ਜ਼ਰੂਰ ਦੇਖ ਲਿਓ, ਠੀਕ ਆ। ਅਤੇ ਹਜੇ ਬੰਨਾ ਥੰਨਾ ਪੂਰਾ, ਬਾਕੀ ਤੁਸੀਂ ਆਹ ਜਿਹੜੇ ਲੇਵੇ ਦਾ ਸਟਰਕਚਰ ਆ ਪਿੱਛੋਂ ਖੋਲਣ ਖਲਣ ਦਾ ਜਿਹੜਾ ਦੋਸਤੋ, ਆਹ ਹਵਾਨਾ ਬਣਾਉਣਾ ਹਜੇ ਇਹਨੇ, ਅਤੇ ਆਹ ਜਿਹੜੇ ਥਣ ਨੇ, ਠੀਕ ਆ, ਬਿਲਕੁਲ ਪੱਧਰ ਅਤੇ ਬਰਾਬਰਤਾ ਥਣਾਂ ਦੇ ਵਿੱਚ ਪੂਰੀ ਆ। ਆਹ ਮੈਂ ਬਹਿਣੀ ਵਾਲੇ ਪਾਸੇ ਇੱਕ ਵਾਰੀ ਦਿਖਾਉਣਾ, ਬਾਕੀ ਆਪਾਂ ਤਸੱਲੀ ਦੇ ਨਾਲ ਤੁਹਾਨੂੰ ਜਿਹੜਾ ਤੋੜ ਕੇ ਵੀ ਦਿਖਾਵਾਂਗੇ। ਆਹ ਕਰੋ ਚੈੱਕ ਜੀ, ਆਹ ਦੇਖੋ ਠੀਕ ਆ। ਤੇ ਰਾਜੇ ਭਾਈ ਆ ਜਾਓ, ਵੀ ਇਹਦੇ ਕੋਈ ਦੱਸਿਆ ਕੋਈ ਸਮਾਂ ਸਮਾਂ ਹਜੇ ਕਿੰਨਾ ਕੁ ਪਿਆ ਹਜੇ ਸੂਨ ਦੇ ਵਿੱਚ? ਵੀਰ ਜੀ ਸਮਾਂ ਇਹਦੇ ਉਸ ਤਰ੍ਹਾਂ 19-30 ਨੂੰ ਦਿਨ ਪੂਰੇ ਆ, ਤੇ ਬਾਕੀ ਹੋ ਸਕਦਾ ਵਾ 5-6 ਦਿਨ ਉੱਤੇ ਵੀ ਲੈ ਜੇ, ਠੀਕ ਆ ਜੀ, ਮਾਝਾ ਹੋ ਸਕਦਾ ਹਫ਼ਤਾ ਹੀ ਲੈ ਜੇ ਉੱਤੇ, ਠੀਕ ਆ। ਬਾਕੀ 19-30 ਨੂੰ ਦਿਨ ਪੂਰੇ ਆ ਇਹਦੇ। ਆ 19 ਮਈ ਨੂੰ? ਹਾਂਜੀ ਠੀਕ ਆ, ਹਾਂਜੀ 19 ਮਈ ਨੂੰ ਦਿਨ ਪੂਰੇ ਆ। ਹਾਂਜੀ, ਤੇ ਮੱਝ ਦੇ ਦੋਸਤੋ ਜੇਕਰ ਆਪਾਂ ਦੇਖੀਏ ਤਾਂ ਪੂਰੀ ਪਲੀ ਪਲਾਈ ਵੱਡੀ ਮੱਝ ਆ, ਤੇ ਦੇਣ ਵੀਰਾਂ ਦਾ ਵੀ ਹੋ ਸਕਦਾ ਵੀ ਪਸ਼ੂ ਤੰਦਰੁਸਤ ਹੋਵੇ ਤੇ ਹੈਵੀ ਬੋਡੀ ਵੇਟ ਆ, ਰਾਜੀ ਆ ਪੂਰੀ, ਹੋ ਸਕਦਾ ਵੀ ਦੇਣ ਉੱਪਰ ਕੋਈ 10-20 ਲੈ ਕੇ ਜਾ ਸਕਦੀ ਆ, ਕੋਈ ਇੱਕ ਹਫ਼ਤਾ ਵੀ ਲੈ ਕੇ ਜਾ ਸਕਦੀ ਆ, ਠੀਕ ਆ ਜੀ। ਅਤੇ 19 ਮਈ ਨੂੰ ਵੈਸੇ ਦਿਨ ਪੂਰੇ ਆ, ਇਹ ਤੁਸੀਂ ਜ਼ਰੂਰ ਜਿਹੜਾ ਧਿਆਨ ਦੇ ਵਿੱਚ ਰੱਖ ਲਿਓ, ਠੀਕ ਹੈ ਜੀ। ਬਾਕੀ ਠੰਡੀ ਧੀਰੀ ਪੂਰੀ ਆ, ਠੀਕ ਆ ਜੀ, ਅਤੇ ਮਾਲੀਆਂ ਦਾ ਇੱਕ ਭੁਲੇਖਾ ਪਾਉਂਦੀ ਆ, ਇਹਨੂੰ ਖੋਲ੍ਹ ਕੇ ਆਪਾਂ ਤੋੜ ਕੇ ਤੁਹਾਨੂੰ ਤਸੱਲੀ ਨਾਲ ਦਿਖਾਉਂਦੇ ਹਾਂ। ਆ ਜਾਓ ਜੀ, ਆਹ ਦੇਖੋ ਜੀ, ਲਓ ਵੀ ਦੋਸਤੋ ਕਮਾਲ ਦੀ ਚੀਜ਼ ਆ, ਅਤੇ ਬਹੁਤ ਵਧੀਆ ਚੰਗੀ ਸੇਵਾ ਦੇ ਵਿੱਚ, ਬਹੁਤ ਵਧੀਆ ਚੰਗੀ ਪਾਲਣਾ ਦੇ ਵਿੱਚ ਜਿਹੜੀ ਦੋਸਤੋ ਇਹ ਸਾਂਭੀ ਹੋਈ ਝੋਟੀ ਆ ਕਿਸੇ ਵੀਰ ਨੇ। ਆਹ ਦੇਖੋ ਜੀ, ਠੀਕ ਆ ਵੀ ਹੈ ਨਾ ਕਮਾਲ ਦੀ ਚੀਜ਼, ਆਹ ਦੇਖੋ, ਠੀਕ ਆ। ਰਾਜੇ ਭਾਈ ਤੇਰਾ ਕੱਦ ਵੀ 6 ਫੁੱਟ ਦੇ ਲੱਗ ਹੋਊਗਾ? ਹਾਂਜੀ 6 ਫੁੱਟ ਕੱਦ ਹੈ ਜੀ। ਹਾਂਜੀ, ਤੇ ਮੈਨੂੰ ਲੱਗਦਾ ਵੀ ਕੋਈ ਨੇੜਾ ਤੇੜੇ ਤੇਰੇ ਕੱਦ ਦੇ ਝੋਟੀ ਹੋਵੇਗੀ। ਹਾਂਜੀ ਹੈ, ਹਾਂਜੀ ਵੀ ਆਹ ਵੇਖੋ, ਬਾਕੀ ਵਧੀਆ ਫੁਲਕਾਰੀ ਲਾ ਕੇ ਵਿਖਾ ਦੇ, ਕਿਹੜਾ ਪਿੰਡਾਂ ਪੁੰਡਾਂ ਵਿਖਾ ਦੇ, ਵਿਖਾਈਏ ਜੀ। ਹਾਂਜੀ, ਇਹ ਗੱਲ ਨਾ ਵੀ ਕਿਹਨੇ ਕਿਹੜਾ ਕੱਦ ਤੋਂ ਪਾਈ ਪਤਾ ਨਹੀਂ। ਆਹ ਦੇਖੋ ਵੀ ਦੋਸਤੋ, ਠੀਕ ਆ, ਆਹ ਪਿੱਠ ਪੁੱਠਾ ਵੇਖੋ ਵੀ ਇੱਕ ਚੰਗੇ ਵੱਡੇ, ਜਿਵੇਂ ਆਪਾਂ ਪ੍ਰਤੀਯੋਗਤਾ ਦੇ ਵਿੱਚ ਜਾਂ ਬਿਲਕੁਲ ਮੇਲਿਆਂ ਦੇ ਵਿੱਚ ਇੱਕ ਝੋਟਾ ਦੇਖਦੇ ਹਾਂ ਨਾ ਦੋਸਤੋ, ਵੀ ਉਹੋ ਜਿਹਾ ਜਿਹੜਾ ਦੋਸਤੋ ਪੁੱਠਾ ਇਸ ਝੋਟੀ ਦਾ, ਠੀਕ ਆ। ਅਤੇ ਕੱਦ ਕਾਠ ਵੀ ਜਿਹੜਾ ਤੁਸੀਂ ਵੇਖੋਗੇ ਐਕਸਟਰਾ ਆਰਡਨਰੀ ਕੱਦ ਕਾਠ ਦੀ ਆ, ਹਾਈਟ ਦੀ ਆ, ਬੇਲ ਵੇਖੋਗੇ ਤੁਸੀਂ ਤਾਂ ਕਾਫੀ ਵੇਖੋ,
ਲੰਬਾਈ ਵੀ ਪੂਰੀ ਆ ਅਤੇ ਪਰਲੇ ਪਹਿਲੇ 6 ਫੁੱਟ ਦਾ ਬੰਦਾ ਖੜ੍ਹਾ। ਇੱਧਰੋਂ ਮੈਂ ਤੁਹਾਨੂੰ ਦਿਖਾ ਰਿਹਾ, ਆਹ ਤੁਸੀਂ ਕਰੋ ਇਮੈਜਿਨ ਕਰੋ ਤੁਸੀਂ ਵੀ ਫੁੱਲ ਵੱਡੀ ਹਾਈਟ ਆ ਦੇਖੋ। ਤੋਰ ਦਿਓ ਜੀ, ਲਓ ਵੀ ਦੋਸਤੋ। ਠੀਕ ਆ ਵੀਰ, ਦੱਸਦਾ ਵੀ ਘੱਟੋ ਘੱਟ ਵੀ 20 ਲੀਟਰ ਦੀ ਮਿਲਕ ਦੀ ਕਪੈਸਿਟੀ ਜਿਹੜੀ ਆ ਰਹੀ ਆ ਇਹਦੀ ਪਹਿਲੇ ਸੂਬੇ ਦੇ ਵਿੱਚ। ਅਤੇ ਬਾਕੀ ਤੁਸੀਂ ਜੱਜਮੈਂਟ ਕਰ ਲਿਓ, ਘਰ ਵਿਜਿਟ ਕਰ ਲਿਓ, ਤਸੱਲੀ ਕਰ ਲਿਓ। ਠੀਕ ਆ, ਅਤੇ ਬਣਾਉਣਾ ਸੁਣਾਉਣਾ ਹਜੇ ਪੂਰਾ, ਹਜੇ ਤਾਂ ਜਸਟ ਇੱਕ ਆਪਾਂ ਕਹਿ ਵੀ ਨਹੀਂ ਸਕਦੇ ਵੀ ਲਾਏ ਨਹੀਂ ਪਈ ਕਿ ਹਜੇ ਘੱਟੋ ਘੱਟ ਵੀ 19 ਨੂੰ ਦਿਨ ਪੂਰੇ ਆ। ਅਤੇ ਜੇਕਰ ਅੱਜ ਆਪਾਂ ਦੇਖੀਏ ਤਾਂ 22 ਤੋਂ 24 ਦਿਨ ਹਜੇ ਸਮਾਂ ਨੋਰਮਲੀ ਲੈ ਕੇ ਜਾਂਦੀ ਪਈ ਆ। ਅਤੇ ਬਣੂ ਬਹੁਤ, ਠੀਕ ਆ ਜੀ, ਜਿੰਨੇ ਕੁ ਮਾਲਕ ਨੇ ਉੱਪਰੋਂ ਇਹਨੂੰ ਸਿਹਤ ਦਿੱਤੀ ਆ ਦੋਸਤੋ, ਅਤੇ ਲੇਵਾ ਜਿਹੜਾ ਸਟਰੈਕਚਰ ਆ ਉਹ ਤੁਸੀਂ ਜੱਜਮੈਂਟ ਕਰ ਸਕਦੇ ਹੋ ਵੀ ਕਿੰਨਾ ਕੁ ਬਣਾਊਗੀ। ਠੀਕ ਆ, ਆਹ ਦੇਖੋ ਜੀ, ਆਹ ਦੇਖੋ ਜੀ, ਠੀਕ ਹੈ। ਅੱਛਾ ਰਾਜੇ ਵੀਰ, ਮੁੱਲ ਸੇਲ ਦੇ ਲਈ ਅਵੇਲੇਬਲ ਹੈ ਨਾ, ਸੇਲ ਵੇਚਣੀ ਆਪਾਂ? ਹਾਂਜੀ ਹਾਂਜੀ ਵੇਚਣੀ ਹੈ। ਅਤੇ ਕੀ ਮੁੱਲ ਇਹਦਾ ਕੀ ਭਾਅ ਵੜਤਾ ਫਿਰ, ਕਿੰਨੀ ਕੁ ਡਿਮਾਂਡ ਕਰਤੀ? ਮੁੱਲ ਆਪਾਂ ਵੀਰ ਜੀ ਫੋਨ 'ਤੇ ਕਰਾਂਗੇ ਝੋਟੀ ਦਾ। ਫੋਨ 'ਤੇ? ਹਾਂਜੀ ਠੀਕ ਹੈ ਜੀ। ਹਾਂਜੀ, ਕੋਈ ਫੋਨ ਲਾਵੇ ਜਿਵੇਂ ਸ਼ੌਕੀਆ ਤੌਰ 'ਤੇ, ਜਿਵੇਂ ਲੈਣੀ ਆ, ਕੋਈ ਡਰਤ ਨਹੀਂ ਹੁੰਦਾ ਫੋਨ ਲਾਉਣ ਦਾ, ਜਿੰਨੇ ਮਰਜ਼ੀ ਲਾਈ ਜਾਣਾ। ਹਾਂਜੀ, ਬਾਕੀ ਜਿੰਨੇ ਸ਼ੌਕੀਆ ਤੌਰ 'ਤੇ ਲਾਵੇ ਆ, ਕੋਈ ਗੱਲ ਨਹੀਂ ਫੋਨ ਲਾਵੇ ਆਪਾਂ। ਬਾਕੀ ਹੁੰਦਾ ਅਤੇ ਤਿਆਰ ਹੋਈ ਦਾ ਘੱਟੋ ਘੱਟ 1-1.5 ਲੱਖ ਦਾ ਫਰਕ ਰੱਖਾਂਗੇ ਆਪਾਂ। ਠੀਕ ਹੈ ਜੀ। ਹਾਂਜੀ, ਦਿਨ ਵੀ 20-25 ਦਿਨ ਆ। ਹਾਂਜੀ ਹਾਂਜੀ, ਉਹ ਫਿਰ ਚਲੋ ਤੁਹਾਡੀ ਆਪਦੀ ਇੱਛਾ ਜੀ। ਬਾਕੀ ਦੋਸਤੋ, ਜਿਹੜੇ ਵੀਰ ਨੇ, ਕਿਸੇ ਫਾਰਮਰ ਵੀਰ ਨੇ ਸ਼ੌਂਕ ਪਕਾਉਣਾ, ਖਰੀਦਣੀ ਆ, ਤੁਸੀਂ ਇਹ ਝੋਟੀ ਪਸੰਦ ਆਉਂਦੀ ਆ, ਤੁਹਾਨੂੰ ਦਿਲ ਨੂੰ ਲੱਗੀ ਆ, ਤਾਂ ਤੁਸੀਂ ਨੰਬਰਾਂ ਦੇ ਬੇਸ 'ਚ ਇੱਕ ਕਾਲ ਕਰ ਲਿਓ। ਠੀਕ ਆ, ਮੁੱਲ ਵੀਰਾਂ ਦਾ ਫੋਨ 'ਤੇ ਕਰਾਂਗੇ। ਠੀਕ ਆ, ਅਤੇ ਜਿੱਥੇ ਵੀ ਰਾਹ ਤੁਹਾਨੂੰ ਮਿਲਦਾ ਹੋਇਆ, ਜਿੱਥੇ ਵੀ ਉੱਪਰ ਥੱਲੇ ਹੁੰਦੀ ਹੋਈ ਗੱਲਬਾਤ, ਉੱਥੇ ਆਪਦੀ ਜਿਹੜੀ ਦੋਸਤੋ ਤੁਸੀਂ ਇਹ ਝੋਟੀ ਟਿਕਾ ਲਿਓ। ਠੀਕ ਆ, ਅਤੇ ਖਰੀਦ ਕਰ ਸਕਦੇ ਹੋ, ਅਤੇ ਝੋਟੀ ਪਸੰਦ ਆ ਆਊਗੀ ਤੁਹਾਨੂੰ ਬਹੁਤ ਜ਼ਿਆਦਾ ਜਦੋਂ ਤੁਸੀਂ ਘਰ ਆਉਂਗੇ, ਵਿਜਿਟ ਕਰੋਗੇ। ਠੀਕ ਆ, ਕਿਉਂਕਿ ਇਹੋ ਜਿਹੀਆਂ ਝੋਟੀਆਂ ਤੋਂ ਅੱਗੇ ਆਪਾਂ ਬਰੀਡ ਦੇ ਵਿੱਚ ਵੀ ਜੇਕਰ ਕੰਮ ਕਰਦੇ ਹਾਂ, ਅਤੇ ਗਾਂ ਬੱਚੀਆਂ ਕੱਟੀਆਂ ਮਾਲੀ ਜਿਹੜੇ ਆ ਦੋਸਤੋ, ਇਹੋ ਜਿਹੀਆਂ ਮਾਵਾਂ ਜਿਹੜੀਆਂ ਝੋਟੀਆਂ ਨੇ ਵੱਡੇ ਕੱਦ ਕੱਟ ਦੀਆਂ, ਅਤੇ ਬਿਲਕੁਲ ਅੱਗੇ ਜਿਹੜੇ ਦੋਸਤੋ ਬੱਚੇ ਵੀ ਸੋਹਣੇ ਆਉਣਗੇ ਵੱਡੇ ਕੱਦ ਕੱਟ ਵਾਲੇ ਆਉਣਗੇ। ਅਤੇ ਇਸ ਤੋਂ ਬਾਅਦ ਇੱਕ ਜਿਹੜੀ ਦੋਸਤੋ ਇੱਕ ਵੈਟ ਦਿਖਾਉਣੀ ਆ ਤੁਹਾਨੂੰ, ਇਹ ਵੀ ਵਿਕਾਊ ਆ, ਅਤੇ ਇਹ ਵੀ ਆਪਾਂ ਪੁੱਛ ਲੈਂਦੇ ਹਾਂ ਵੀਰ ਤੋਂ, ਅਤੇ ਇਹਦੀ ਵੀਰ ਜੀ ਕੀ ਡਿਟੇਲ ਆ, ਸੂਣ ਵਾਲੀ ਹੈ? ਹਾਂਜੀ, ਇਹ ਵੀਰ ਜੀ ਸੂਣ ਵਾਲੀ ਹੈ ਜੀ। ਅੱਛਾ ਜੀ। ਹਾਂਜੀ, ਅਤੇ ਕਿੰਨੇ ਕੁ ਦਿਨ ਲੈ ਜੂ? ਬਿਲਕੁਲ ਮੋਟਾ ਤੇ ਬਿਲਕੁਲ ਤਿੱਖਾ ਥਣ, ਨੋਕ ਵਾਲਾ ਥਣ ਆਪਾਂ ਕਹਿੰਦੇ ਜਿਹਨੂੰ, ਉਹ ਥਣ ਆ। ਠੀਕ ਆ, ਆਹ ਦੇਖੋ ਕੁਆਲਿਟੀ ਥਣ ਦੀ ਬਹੁਤ ਖੂਬਸੂਰਤ ਆ। ਦੂਜਾ ਸੂਆ ਵੀਰ ਕਹਿੰਦਾ ਪਿਆ, ਅਤੇ ਦਿਨ ਵੀ 2-3 ਕੁ ਦਿਨ ਆ ਜੇਕਰ ਸਫ਼ਰ ਦੇ ਵਿੱਚ ਜਾਂਦੀ ਆ, ਅਤੇ ਹੋ ਸਕਦਾ ਵੀ ਜਾਂਦਿਆਂ ਵੀ ਸੂਬੇ। ਠੀਕ ਆ, ਹੈ ਬਿਲਕੁਲ ਤਿਆਰੀ ਦੇ ਵਿੱਚ ਆ, ਅਤੇ ਵੀਰ ਨੂੰ ਕਹਿੰਦੇ ਖੋਲ੍ਹ ਕੇ ਵੀ ਦਿਖਾ ਦਈਏ ਜੀ। ਹਾਂਜੀ ਵੀਰ, ਲੈ ਆਓ ਬਾਹਰ ਜੀ ਇਹਨੂੰ ਵੀ। ਆਹ ਦੇਖੋ ਜੀ, ਠੀਕ ਆ, ਆਰਡਰ ਕੁਆਲਿਟੀ ਜਿਹੜੀ ਆ ਦੋਸਤੋ ਬਹੁਤ ਕਮਾਲ ਦੀ ਆ ਵੱਛੀ ਦੀ। ਠੀਕ ਆ, ਅਤੇ ਸੈਕਿੰਡ ਟਾਈਮਰ ਹੁਣ ਸੁਣ ਜਾ ਰਹੀ ਆ। ਆਹ ਦੇਖੋ ਜੀ, ਠੀਕ ਆ, ਐਨ ਵੀਰ ਜੀ ਮੁੜਿਓ ਮਾੜਾ ਜਿਹਾ, ਆਹ ਫੇਸ ਦਿਖਾਈਏ ਮਾੜਾ ਜਿਹਾ, ਲਓ ਜੀ।
ਲਓ ਵੀ ਦੋਸਤੋ ਮੱਛੀ ਤੁਸੀਂ ਇਹ ਵੀ ਖਰੀਦ ਸਕਦੇ ਹੋ, ਬਿਲਕੁਲ ਬਹੁਤ ਵਧੀਆ, ਠੀਕ ਹੈ ਜੀ, ਚੰਗੀ ਮਿਲਕ ਦੀ ਕਪੈਸਿਟੀ ਰਹੇਗੀ। ਅਤੇ ਫਿਰ ਕਿੰਨਾ ਕੁ ਦੁੱਧ ਚਵਾਉਣ ਦੀ ਸੰਭਾਵਨਾ ਹੈਗੀ ਹੈ? ਦੁੱਧ ਕੱਢੂਗੀ ਜੋ ਬਹਾਨਾ ਹੀ ਦੱਸਦਾ ਵਾ 24-25 ਲੀਟਰ ਕੱਢੂਗੀ ਯਾਰ। ਹਾਂਜੀ, ਬਾਕੀ ਜੇ ਕੋਈ ਘਰ 'ਚ ਆਉਣ ਵਾਲਾ ਲਊਗਾ ਉਹਦਾ ਵੀ ਮਾਨਦਾਨ ਪੂਰਾ ਕਰਾਂਗੇ ਆਪਾਂ, 62,000 ਦਾ ਮੁੱਲ ਕਰਦੇ ਹਾਂ ਅਤੇ 60,000 ਚੋਂ ਮਾਨਦਾਨ ਕਰਾਂਗੇ ਖੁੱਲ੍ਹਾ, ਭਾਵੇਂ ਕੋਈ ਘਰ ਵਾਲਾ ਲੈ ਲੇ ਕੋਈ ਵਪਾਰੀ ਲੈ ਲੇ। ਠੀਕ ਹੈ ਵੀਰੇ। ਹਾਂਜੀ, ਜੇ ਕੋਈ ਘਰ ਵਾਲਾ ਖੜੂਗਾ ਤਾਂ ਉਹ ਯਾਦ ਕਰੂਗਾ ਵੀ ਵਾਕਈ ਵਹਿੜ ਆ। ਸਫਾਈ ਬੜੀ ਹੈ, ਹਾਂਜੀ ਸਾਫ਼ ਬੜੀ ਵੀਰ। ਅਤੇ ਆਹ ਦੇਖੋ ਵੀਰੋ, ਆਹ ਜਿਹੜਾ ਉਲਟ ਬਹਿਣੀ ਵਾਲੇ ਪਾਸੇ ਤੋਂ ਤੁਸੀਂ ਆਹ ਥਣ ਦੇ ਬਾਅਦ ਦੇਖੋ, ਠੀਕ ਹੈ ਜੀ, ਆਹ ਕਰੋ ਚੈੱਕ ਜੀ ਬਹਿਣੀ ਵਾਲੇ ਪਾਸੇ ਤੋਂ, ਠੀਕ ਹੈ। ਥਣ ਦੀ ਕੁਆਲਿਟੀ ਜਿਹੜੀ ਆ ਦੋਸਤੋ ਬੈਸਟ ਆ, ਉਹਨੂੰ ਬੈਸਟ ਕਿਹਾ ਜਾਊਗਾ, ਠੀਕ ਹੈ। ਜੇਕਰ ਕਿਸੇ ਕੰਮ ਦੇ ਵਿੱਚ ਕੋਈ ਵਾਧ ਘੱਟ ਹੋਈ ਤਾਂ ਉਹ ਵੀ ਆਪਾਂ ਮੌਕੇ 'ਤੇ ਖੜ੍ਹੇ ਹਾਂ, ਦੱਸਣ ਯੋਗਾਂ ਤੁਹਾਨੂੰ, ਅਤੇ ਕੁਆਲਿਟੀ ਅੱਛੀ ਆ, ਠੀਕ ਹੈ, ਚੰਗੀ ਕੁਆਲਿਟੀ ਆ। ਅਤੇ ਕਿੰਨਾ ਵੀਰੇ ਇਹਦਾ ਮੁੱਲ ਫਿਰ, ਡਿਮਾਂਡ ਕਿੰਨੇ ਕੁ ਦੀ ਲੈ ਦੇ ਕਰ ਦਈਏ? ਡਿਮਾਂਡ ਵੀਰ ਜੀ 62,000 ਕਰਦੇ ਹਾਂ, 60,000 'ਚੋਂ ਮਾਨਦਾਨ ਖੁੱਲ੍ਹਾ ਕਰ ਦਾਂਗੇ। 60,000 ਦੇ ਵਿੱਚੋਂ? ਹਾਂਜੀ, 60,000 ਦੇ ਵਿੱਚੋਂ ਹੋ ਜੂ ਮਾਨਦਾਨ ਜੀ? ਹਾਂਜੀ ਹੋ ਜੂ। ਠੀਕ ਹੈ ਜੀ, ਡਿਮਾਂਡ ਵੈਸੇ 62,000 ਹਾਂ ਜੀ? ਹਾਂਜੀ ਠੀਕ ਹੈ, ਡਿਮਾਂਡ ਜਿਹੜੀ ਆ ਦੋਸਤੋ 62,000 ਆ। ਮੱਛੀ ਪਸੰਦ ਆਊਗੀ ਤੁਹਾਨੂੰ, ਠੀਕ ਆ, ਥਣ ਦੀ ਕੁਆਲਿਟੀ ਬਹੁਤ ਖੂਬਸੂਰਤ ਆ, ਉੱਪਰੋਂ ਵੀ ਬਿਲਕੁਲ ਸਫਾਈ ਆ ਅਤੇ ਹਵਾਨੇ ਵਾਲੇ ਪਾਸੇ ਪੂਰੀ ਸਾਫ਼, ਠੀਕ ਹੈ ਜੀ। 62,000 ਡਿਮਾਂਡ ਆ, 60,000 ਲੈ ਦੇ ਆ, ਅਤੇ ਉਹਦੇ ਵਿੱਚੋਂ ਵੀ ਜਿਹੜਾ ਮਾਨਤਾ ਕਿਸੇ ਵੀਰ ਦਾ ਘਰ ਆਇਆਂ ਦਾ ਉਹ ਖੁੱਲ੍ਹਾ ਹੋ ਜੂਗਾ, ਠੀਕ ਆ। ਇਹ ਤੁਸੀਂ ਜਿਹੜਾ ਸੰਪਰਕ ਕਰ ਲਿਓ ਵੀਰ ਦੇ ਨਾਲ, ਨੰਬਰ ਆਪਾਂ ਲੈ ਲੈਂਦੇ ਹਾਂ। ਹਾਂਜੀ ਵੀਰੇ ਬੋਲਿਓ ਨੰਬਰ। ਨੰਬਰ ਹੈਗਾ 98-27-57-903। ਹਾਂਜੀ, ਇੱਕ ਨੰਬਰ ਹੈਗਾ 98-27-31-94-47। ਠੀਕ ਹੈ ਜੀ। ਅਤੇ ਪਿੰਡ ਜਿਹੜਾ ਦੋਸਤੋ ਲੌਕਾ ਹੈਗਾ, ਠੀਕ ਆ, ਲੌਕਾ ਪਿੰਡ ਆ, ਅਤੇ ਕੈਰੋਂ ਬਿਲਕੁਲ ਨਜ਼ਦੀਕ ਆ, ਠੀਕ ਆ ਜੀ, ਅਤੇ ਕੈਰੋਂ ਨਜ਼ਦੀਕ ਆ। ਅਤੇ ਆਰਾ ਹੈਗਾ ਅਜੀਤ ਸਿੰਘ, ਫਾਦਰ ਆ ਵੀਰ ਦਾ ਅਜੀਤ ਸਿੰਘ, ਆਰੇ ਵਾਲੇ ਵੱਜਦੇ ਆ, ਠੀਕ ਆ ਜੀ, ਲੱਕੜ ਦਾ ਆਰਾ। ਅਤੇ ਤੁਸੀਂ ਜਿਹੜਾ ਦੋਸਤੋ ਘਰ ਵਿਜਿਟ ਕਰਕੇ ਆ ਪਸ਼ੂ ਖਰੀਦ ਸਕਦੇ ਹੋ, ਵੇਖ ਸਕਦੇ ਹੋ ਤਸੱਲੀ ਦੇ ਨਾਲ। ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ, ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ।